ਹਰਿਆਣਾ ਦੇ ਸਿਰਸਾ ਤੋਂ ਦਿਵਿਆਂਗ ਸਮਾਜ ਸੇਵੀ ਗੁਰਵਿੰਦਰ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਮਿਲੇਗਾ। ਉਹਨਾਂ ਦਾ ਨਾਮ 2024 ਦੇ ਵਿੱਚ ਪਦਮ ਪੁਰਸਕਾਰ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਗੁਰਵਿੰਦਰ ਸਿੰਘ ਬੇਘਰ ਬੇਸਹਾਰਾ ਮਹਿਲਾਵਾਂ ਅਨਾਥਾਂ ਅਤੇ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਬਾਲ ਗੋਪਾਲ ਧਾਮ ਨਾਮ ਦੀ ਬਾਲ ਸੰਭਾਲ ਸੰਸਥਾ ਦੀ ਸਥਾਪਨਾ ਵੀ ਕੀਤੀ ਹੈ ਅਤੇ 300 ਤੋਂ ਜ਼ਿਆਦਾ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਉਹਨਾਂ ਦੇ ਅਟੁੱਟ ਸਮਰਪਣ ਤੇ ਸਮਾਜਿਕ ਕਾਰਜਾਂ ਨੂੰ ਵੇਖਦੇ ਹੋਏ ਮੋਦੀ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਗੁਰਵਿੰਦਰ ਸਿੰਘ ਨੇ 6,000 ਤੋਂ ਜ਼ਿਆਦਾ ਦੁਰਘਟਨਾ ਪੀੜਤਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਫ਼ਤ ਐਂਬੂਲੈਂਸ ਸੇਵਾ ਪ੍ਰਦਾਨ ਕਰਨ 'ਚ ਯੋਗਦਾਨ ਪਾਇਆ। ਗੁਰਵਿੰਦਰ ਸਿੰਘ ਤੁਰਨ ਫਿਰਨ ਤੋਂ ਅਸਮਰਥ ਨੇ। ਦਰਅਸਲ ਟਰੱਕ ਦੇ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਨੂੰ ਲੱਕ ਤੋਂ ਹੇਠਾਂ ਅਧਰੰਗ ਹੋ ਗਿਆ ਸੀ। ਉਦੋਂ ਤੋਂ ਹੀ ਉਹ ਵ੍ਹੀਲਚੇਅਰ ਤੇ ਨੇ। ਇਸ ਹਾਦਸੇ ਤੋਂ ਬਾਅਦ ਉਹਨਾਂ ਨੇ ਆਪਣਾ ਜੀਵਨ ਦੂਸਰਿਆਂ ਦੀ ਭਲਾਈ ਦੇ ਲਈ ਸਮਰਪਿਤ ਕਰ ਦਿੱਤਾ।